ਤੁਸੀਂ ਕਮੈਂਟ ਕਰਕੇ ਦੱਸਣਾ ਲੈਫਟ ਤੇ ਰਾਈਟ ਪੰਜ ਪਲੇ ਖੋਜ ਹੋਣ ਡਿਆ ਕਦੋਂ ਭਾਜੀ ਉਹਦਾ ਭਰਾ ਜਦੋਂ ਕੱਦੂ ਚ ਵੜਨੀ ਨਾ ਠੀਕ ਹੈ ठीक हो गया पर धौन जी विंगी कर गया हौली हौली सीधी हो जाऊगी हौली हौली फिर लाड़ो साहब नूं रोज लेके जाएगा फिर लेके जाना बस पुत की गल है बार आजी मार तेन नी पानी उतरे वेला फिर ऐदा करदा वे पादने 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 बह जा थले बह जा बह जा पादने पादने उधर इधर पैंथर होनी वेला ऐडा अंतरा ना वे कत आउणी सिद्धी नहीं ते वे खेडन नु पैंथर तो अंतरी पुत सिद्धी नहीं आउणी ते खेडन नु सब तो अगे तू देखी सुट्टी मेरी सुट्टी सुट्टी बुला भाई दा पिछ चल पुत अंदर चल चीकू गंदे करते मित्रा कम झोने झोनी है इधर है बाकी कोई गल नी टेंशन लो वन मेला साडा है ये वेला ये कवर कर दो आप नहीं ये कद्दू बड़े ब्लॉक कहते तुम यार की बनाने लगता कैंसल गया कोई नहीं अभी बन गया पहला पंजाब का माहौल देखो कि बन रहा उन्होंने सैट सुट हो जो साढ़े पानी पुनी सुक जूगा फिर वेखा की माहौल बनता कोई रिश्ता जिम जुम लाइए मैं रेगुलर शुरू किया कल फिर प्रोग्राम करके मिस बज गई चलिए बनाओ फिर खाई चलिए कुत्ता चुक कहता ओके रिपोर्ट कराती है कलू गल कराती बस थोड़े बहुत काम रह गए वो करा देने बंपर गुरी भी जो सोचा है आपको करा मी भावें महीने तक कराइए भावें दो महीने तक करा है आपको वो वाली गेंद बन जानी सरपंच ला दे यार लै भी मित्र मन आ गया कहते मन रात ही लथ गई बीती कि नहीं ये बीती नहीं सौंफ ही चलिया काम राती सौंफ ही भंगड़े पाए मुड़िया ने है सरपंच चलिए फिर आउट्स बना खाइए नहाइए बाबा जी टेकी मथा और बहुत बहुत धन्यवाद ढड़ा तुम इन्हें फोन ला के दिते बहुत बहुत धन्यवाद है दसते नहीं जी वो बला उ राह भला तुम पहले पास वेल ही करता है हाल है ठीक है लखी होनी आए हैं राह भला जे ठीक ठाक है जी लग गया तेरा मेरे बिना हाँ क्यों जी क्यों नहीं लगता क्यों नहीं लगता घर सोना पंडे ना जो अपना पहला घर हों जो मैं जमया नहीं उदो 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 हों घर बालने वाला ठीक है तो मेरे जम्मन तो बाद इतने आप आ गए हैं ना नहीं जो अपना पहला घर उठे हों ना कानने वाला कानने देते वो मिट्टी मुट्टी पाई तो बाले नहीं कानने दे कानने दे सतीरिया जी होंगे लकड़ दिया अच्छा सतीरिया जी होंगे उसे देखो लम्मा जा कोठा है डंगर आ गया अच्छा उसके डंगर बने होंगे एक बने डंगर होंगे एक बने डंगर होंगे कान जी मारी होंगी मरांडा के एक बने पैर ले होंगे अच्छा उन दोनों अंदर अठ दस बजे पढ़ता होंगे चार मतलब कि 15-17 साल बाद
ਬੀਬੀ ਮੇ ਸਾਰੇ ਆਮ ਲੋਕੀ ਆ ਜਾਂਦੇ ਹਾਂ ਬੀਬੀ ਤਾਂ ਜਿਹੜਾ ਤੁਸੀਂ ਘਰ ਬਣਾਉਣ ਡੇ ਨੇ ਵੀ ਬਾਹਰ ਦਾ ਨਸ਼ਕਾ ਵਾ ਮੈਂ ਕਿਹਾ ਮੈਨੂੰ ਨੀ ਪਤਾ ਮੇਰੇ ਮੁੰਡੇ ਨੂੰ ਪਤਾ ਹੋਵੇ ਮੈਂ ਮੈਨੂੰ ਤਾਂ ਪਤਾ ਨਹੀਂ ਸੋਹਣਾ ਬਣ ਜਾਣਾ ਬਾਬਾ ਸੁੱਖ ਰੱਖੇ ਵਧੀਆ ਬਣ ਜਾਣਾ ਆਹ ਇੱਥੇ ਗ੍ਰੇਡ ਲੈਂਦੇ ਵੀ ਲਾ ਦੇਣੀ ਇਹ ਵੀ ਬੜਾ ਕੁਝ ਲੱਗਣਾ ਵਾ ਮੈਂ ਨਕਸ਼ਾ ਤਾਂ ਹੀ ਕਿਸੇ ਨੂੰ ਵਿਖਾਇਆ ਨਹੀਂ ਹੁਣ ਤੱਕ ਨਾ ਕਿਸੇ ਨੂੰ ਨਕਸ਼ਾ ਵਿਖਾਇਆ ਨਹੀਂ ਨਾ ਦੱਸਿਆ ਕੀ ਬਣਾਉਣ ਡਿਆ ਵਾ ਜਦੋਂ ਬਣ ਜੂਗਾ ਫਿਰ ਆਪੇ ਪਤਾ ਲੱਗ ਜੂਗਾ ਹਾਂ ਮਤਲਬ ਆਪਣੇ ਮਾਂ ਵੀਰ ਗੁਰੀ ਪਾਪਾ ਕਿਸੇ ਨੇ ਸਾਰਿਆਂ ਨੇ ਕਿਸੇ ਨੇ ਚੰਗੇ ਨਕਸ਼ੇ ਥੋੜ੍ਹੀ ਵੇਖਿਆ ਅਜੇ ਤੱਕ ਨਕਸ਼ੇ ਸਿਰਫ ਮੈਂ ਵੇਖਿਆ ਜੋ ਮੈਂ ਚੀਜ਼ ਦਿਮਾਗ ਸੋਚੀ ਮਤਲਬ ਕਿ ਆਪਣੇ ਉਸ ਹਿਸਾਬ ਨਾਲ ਬਣਵਾਉਣ ਡਿਆ ਨਾ ਜਿਸ ਹਿਸਾਬ ਨਾਲ ਮੈਂ ਸੋਚਿਆ ਉਸ ਹਿਸਾਬ ਨਾਲ ਬਣ ਡਿਆ ਇਹ ਮਤਲਬ ਜਿਹੜੇ ਆਰਕੀਟੈਕਟ ਭਾਅ ਜੀ ਹੈ ਨਾ ਆਪਣੇ ਆਰਕੀਟੈਕਟ ਭਾਅ ਜੀ ਦੱਸਿਆ ਕਿ ਸਾਨੂੰ ਆਹ ਚੀਜ਼ ਚਾਹੀਦੀ ਆ ਫਿਰ ਉਹ ਚੀਜ਼ ਦੇ ਵਿੱਚੋਂ ਉਹ ਮੈਨੂੰ 7-8-10 ਵਰਾਇਟੀਆਂ ਦੱਸ ਦਿੰਦਾ ਕਿ ਇੱਦਾਂ ਦੀਆਂ ਇਹਦੇ ਚੀਜ਼ਾਂ ਬਣ ਸਕਦੀਆਂ ਉਹਨਾਂ ਵਿੱਚ ਫਿਰ ਇੱਕ ਚੀਜ਼ ਮੈਂ ਸਿਲੈਕਟ ਕਰ ਲੈਂਦਾ ਉਹਨਾਂ ਨੂੰ ਆਪਾਂ ਦੱਸੀ ਦੇਣਾ ਕਿ ਹਾਂ ਵੀ ਸਾਨੂੰ ਇੱਦਾਂ ਦੀ ਚੀਜ਼ ਚਾਹੀਦੀ ਆ ਉਹਦੇ ਵਿੱਚ ਵੀ ਫਿਰ ਉਹ ਆਪਸ਼ਨ ਦੇ ਦਿੰਦਾ ਵਾ ਕਿ ਇੱਦਾਂ ਦੀਆਂ 5 ਚੀਜ਼ਾਂ ਬਣ ਸਕਦੀਆਂ ਵੱਖੋ ਵੱਖਰੀਆਂ 5 'ਚੋਂ ਤੈਨੂੰ ਕਿਹੜੀ ਚਾਹੀਦੀ ਆ ਆਰਕੀਟੈਕਟ ਦਾ ਇਹ ਫਾਇਦਾ ਹੁੰਦਾ ਆਪਾਂ ਨੂੰ ਕੰਮ ਔੜਸੋੜ ਸੀ ਹੋਇਆ ਪਿਆ ਅਜੇ ਅੰਮੀ ਲੈ ਆਉਣੇ ਮੰਜੇ ਦੇ ਨਾਲ ਦੇ ਅਸੀਂ ਮੱਛਰਦਾਨੀ ਲਾ ਕੇ ਸੋਇਆ ਕਰਨਾ ਕੋਈ ਨੀ ਗੱਲ ਕਰਕੇ ਲਿਆਵਾਂਗੇ ਨਾ ਹੈਂ ਕਹਿ ਦਾਂਗੇ ਨਾ ਥੋੜ੍ਹੇ ਸੰਘਣੇ ਕਰ ਦੋਗੇ ਬੰਦੇ ਅੱਡੇ ਵਿੱਚ ਵੱਜ ਜਾਣੇ ਆ ਅਤੇ ਪਤਲੇ ਪਤਲੇ ਬੰਦੇ ਅੱਡੇ ਹੈਂ ਇਹਨਾਂ ਮੇਲਾ ਮੰਮੀ ਜੋ ਨਿਕਲੇ ਨਿਕਲੇ ਨੇ ਘਰੇ ਤੁਸੀਂ ਹੁਣ ਦੇ ਨਾ ਮੰਜੇ ਹੈ ਨਾ ਆਹ ਮਾਤਾ ਨੇ ਹੋਣੇ ਗੁਰੀ ਮੰਜਾ ਜਿਹੜਾ ਹਾਂ ਚੱਲ ਕੋਈ ਨਹੀਂ ਆਪਾਂ ਲੈ ਆਉਣੇ ਮੁੱਲ ਇੱਕ ਜਿਹੜਾ ਉਹ ਦੂਜੇ ਮੇਰੇ ਸਾਹਮਣੇ ਜਿਹੜੇ ਆਪਣੇ ਲੱਕੜ ਵਾਲੇ ਆ ਉਹ ਵੀ ਤੁਹਾਡੇ ਹੋਣੇ ਮੰਨ ਮੈਂ ਨਿਕਲ ਜਾਂਦਾ ਮੈਂ ਖੇਡਦਾ ਨਾ ਸੀ ਦੂਜੀ ਪੀੜੀ ਪੈਂਦੇ ਜੀ ਪਾਉਂਦੇ ਦੇਖ ਦੇਣਾ ਬੜਾ ਸ਼ਤਾਨ ਸੀ ਮੈਂ ਮਾਤਾ ਨੂੰ ਪੁੱਛ ਬੜਾ ਹੀ ਜ਼ਿਆਦਾ ਨਜਾਇਜ਼ ਕਿਹੜੀ ਜਵਾਕ ਕੋਈ ਕੁੱਟ ਦਿੰਦਾ ਕੋਈ ਕੁੜੇ ਜਾ ਕੇ ਥੋੜੇ ਜਵਾਕ ਵਿਛਾਉਣੇ ਗੁਰੀ ਮੱਥੇ ਇਹ ਮੈਂ ਤਾਂ ਨਿੱਕੇ ਹੁੰਦੇ ਨਾ ਜਿੱਥੇ ਮੇਰਾ ਵਸ ਚੱਲਦਾ ਹੁੰਦਾ ਸੀ ਬੜੇ ਵਿਛਾਉਣੇ ਮੈਂ ਗੁਰਾ ਕੁੱਟ ਕੁੱਟ ਘਰ ਨੂੰ ਵੀ ਆਉਣੇ ਉਹਨਾਂ ਦੇ ਇੱਧਰ ਆ ਦੋ ਜਦ ਨੂੰ ਨਾ ਪਰਾਂ ਕਿ ਜਾਈਦਾ ਘਰ ਦਾ ਇਹ ਨਕਸ਼ਾ ਬਦਲ ਕਰਦੇ ਹੈ ਸਰਪੰਚ ਚੱਲੀਏ ਫਿਰ ਨਾਲੇ ਇੱਧਰ ਹੀ ਕਰਦੇ ਲੱਗੇ ਹੁਣ ਗਾਂਧੀ ਧੀੜਤੀ ਸਾਰੀ ਨੇ ਹੈਂ ਲੈ ਵੀ ਘੇਰਾ ਘੱਤਣ ਲੱਗੇ ਲੱਗਦਾ ਘਰ ਦਾ ਮੈਨੂੰ ਹੈਂ ਮਿਸਤਰੀਆਂ ਨੂੰ ਮਿਲਦੇ ਭਲਾ ਕੀ ਕਹਿੰਦੇ ਹੈਂ ਰਿਸ਼ਤਾ ਤਾਂ ਇੱਧਰ ਹੀ ਕਿਉਂ ਲੱਗੇ ਜੀ ਨਹੀਂ ਅੱਛਾ ਨਹੀਂ ਕੰਧ ਆਹ ਸਾਰੀ ਕੰਧ ਕਰਨ ਲੱਗੀ ਕਰਨ ਲੱਗੇ ਆ ਨਹੀਂ ਗ੍ਰਿਲਾਂ ਨਹੀਂ ਲਾਉਣੀਆਂ ਪਿੱਛੇ ਉਹ ਕੀਤਾ ਵਾ ਟੈਨਸ਼ਨ ਲੈ ਉਹ ਚੈੱਕ ਕਰ ਲਿਆ ਮੈਂ ਪਹਿਲਾਂ ਹੀ ਮੈਨੂੰ ਪਤਾ ਸੀ ਥੋੜ੍ਹੇ ਦਿਨ ਤੱਕ ਇਹ ਕੰਮ ਹੋਣਾ ਵਾ ਲੈ ਵੀ ਮਿੱਤਰਾ ਇੱਧਰ ਵੀ ਕਰਦੇ ਲੱਗੇ ਓਕੇ ਰਿਪੋਰਟ ਕੰਮ ਲੈ ਵੀ ਬਾਲਕੋਨੀ ਵਾਲਾ ਕੰਮ ਓਕੇ ਹੋ ਗਿਆ ਤੁਹਾਡਾ ਉੱਤੇ ਬਹਿਣ ਦਾ ਜਿਗੜ ਲੱਗਦਾ ਖਤਮ ਹੋ ਗਿਆ ਉੱਤੋਂ ਹੈ ਨਾ ਛੱਤ ਜਿਗੜ ਜਿਹਾ ਉੱਤੇ ਅੱਛਾ ਕੰਧ ਉਸ ਤੱਕ ਜਾਣੀ ਮਿਰਸਾ ਬਣਾ ਜਿਹੜੀ ਉਹ ਜਿਹੜੀ ਨਾ ਨਿਸ਼ਾਨੀ ਲਾਈ ਮਿਰਸਾ ਇਹਦੀ ਲਾਈ ਨਾ ਆਪਣੇ ਬਾਰ ਬਾਰ ਤੇ ਇਹਦੇ ਮੈਂ ਘੇਰੇ ਘੇਰੇ ਗੁਰੀ ਵੀਰ ਇੱਕ ਹੋਰ ਸਕੀਮ ਸੋਚੀ ਗ੍ਰਿਲਾਂ ਦੇ ਪਰਲੇ ਪਾਸੇ ਨਾ ਮੈਨੂੰ ਉਦਣ ਕਿਸੇ ਵੀਰ ਨੇ ਕਮੈਂਟ ਕੀਤਾ ਸੀ ਕਹਿੰਦਾ ਇਹਦੇ ਵਿੱਚ ਕੋਈ ਨਾ ਕੋਈ ਚੀਜ਼ ਘਰ ਆ ਸਕਦੀ ਤੇ ਜਾਣ ਮੇਰੀ ਇਹਦੇ ਇਸ ਪਾਸੇ ਆਪਾਂ ਨਾ ਪਰਲੇ ਪਾਸੇ ਬਿੱਲੀ ਬੁੱਲੀ ਦਾ ਹੋ ਘੁਮਾ ਦੇਣੀ ਆਪਾਂ ਤਾਰਾਂ ਘੁਮਾ ਦੇਣੀਆਂ ਪਰਲੇ ਪਾਸੇ ਓਕੇ ਰਿਪੋਰਟ ਕਰਾਂਗੇ ਟੈਨਸ਼ਨ ਨਾ ਲਓ ਤੁਸੀਂ ਬਾਕੀ ਤੁਸੀਂ ਜਿਹੜੀਆਂ ਕਮੈਂਟ ਕਰ ਕਰਕੇ ਇਹੋ ਜਿਹੀਆਂ ਸਲਾਹਾਂ ਦਿੰਦੇ ਰਹਿੰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਈ ਨਾ ਕੋਈ ਸਾਨੂੰ ਆਈਡੀਆ ਸਾਡੇ ਦਿਮਾਗ 'ਚ ਆਉਂਦਾ ਰਹਿੰਦਾ ਵਾ ਅੰਦਰੋਂ ਸਾਰਾ ਘਰ ਕਰਤਾ ਇਹ ਪਲਸਤਰ ਮਿੱਤਰੋ ਓਕੇ ਰਿਪੋਰਟ ਹੋ ਗਿਆ ਕੰਮ ਬਾਬਾ ਸੁੱਖ ਰੱਖੇ ਯਾਰ ਬਾਤਾਂ ਇਹ ਨਹੀਂ ਸਹੀ ਗੱਲ ਹੈ ਘਰ ਬਹੁਤ ਠੰਡਾ ਆ ਬਲਾ ਬਲਾ ਕੀ ਆ ਜੇ ਸਗੋਂ ਮੇਰੀ ਯਾਰ ਬਣਾ ਮੈਂ ਫੋਨ ਕਰਦਾ ਉਹਨਾਂ ਨੂੰ ਮੈਂ ਕਿਹੜਾ ਕਿਹਾ ਕੰਮ ਔਖਾ ਆਪਣਾ ਇੱਦਾਂ ਹੈਨਾ ਨਹੀਂ ਯਾਰ ਰੰਗ ਹੁਣ ਬਾਹਰ ਆਪਾਂ ਲਾ ਤਾ ਤੇ ਬੂਹੇ ਤੇ ਜੰਗਾਲ ਪੈ ਜਾਣਾ ਟਵਾਣੀ ਛੱਡਤਾ ਜੀ ਜਾਲੀ ਲਾ ਤੀਆਂ ਜਾਲੀਆਂ ਤਾਂ ਬਾਹਲੀ ਕਾਲੀ ਲੱਗਦੀ ਗਰੋ ਗੱਡੀ 'ਤੇ ਹੈ ਨਾ ਜੈੱਡ ਬਲੈਕ ਲੱਗਦੀ ਪਰ ਜੈੱਡ ਬਲੈਕ ਅਸੀਂ ਕਰਾਈ ਨਹੀਂ ਭਰਾਵਾ ਕੀ ਲੱਭ ਗਈ ਮਿੱਤਰਾ ਜਿੱਦਾਂ ਅੱਗੇ ਬੇਬੇ ਕੋਲ ਬੈਠਾ ਅਸੀਂ ਅਤੇ ਬੇਬੇ ਗੱਲਾਂ ਦੱਸਣ ਡੀ ਸੀ ਪੁਰਾਣੀਆਂ ਵੇਲੋ ਵੀ ਉਹ ਦਿਨ ਹੁੰਦੇ ਜੇ ਆਪ ਚਲੋ ਮੈਂ ਉਹ ਦਿਨ ਨਹੀਂ ਵੇਖੇ ਮੈਂ ਉਹ ਤੋਂ ਬਾਅਦ ਵਾਲੇ ਦਿਨ ਵੇਖੇ ਜਦੋਂ ਇੱਥੇ ਘਰ ਪੈਣੇ ਸ਼ੁਰੂ ਹੋਏ ਜਦੋਂ ਮਾਤਾ ਨੇ ਦੱਸਿਆ ਅਤੇ ਉਹ ਤੋਂ ਪਹਿਲਾਂ
2 साल पहला की गल जिदा मतलब मेरी उम्र 30 साल हो गई कि उत्तों 2 साल पिछे चल जाइए आप होर अज तो मतलब कि 32 साल पहला काने वाले घर होंगे ही काने एक कुठ हों माता दसन दी कि वो डंगर बन्ने होंगे ही वो ही एक पास आप रेंदे होंगे ही है ना हौली 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 बंदा मेहनत करता हौली 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 आप आने तो उत्तों बाद घर पाया 2004-05 के जेडे आप शो बनाई ही जी अपने लाल जे रंग की शो होंगी तुम पुरानी फोटो पुराने ब्लॉगों में वेखी होगी उत्तों बाद 2006 तो बाद ला लो साहब कि हूँ घर पैन लगा 2023 के है ना हूँ भी वो मालक की मेरा रहमत है ना बंदे की कोई गात नहीं होंगी यार आप तो अपना मन ला के मेहनत करी जाने पर इन्ना चीज़ ही है कि जो घर नहीं ही जो मतलब सिंपल घर ही उदो लोग गल्ला करते ही कि नंग है जी फलॉन्टी जी कि कुछ तुम सू वेख्या कि तुम तो लगती रही है ना तो जे भरा प्यार करते चलते आए अपने अज तक भी अपन सपोर्ट की उत्तों बाद हूँ वो देने कि हूँ जो माड़ा मोटा घर पाने लगे अपना रोटी फुलका माड़ा मोटा चलन दिया वधिया हूँ लोग तुम तो लगती है चिट्टा वेखते जे करते वो करते इदा उदा है ना कि वो लोगों के आप मूँह फड़ नहीं सकते जेडे अपने बारे माड़ा जिन्होंने बोलना उन्होंने बोली जाना बस ये कि हम आप रोज़ गुरुद्वारा साहब जाने मैं तुम्हें भी दसदा आप भी जाना कि जे आप सच्चे हैं ना वो अपनी निगाह सच्ची वो मालक की निगाह सच्ची है तो जेडे भरा अपन प्यार करते हैं ना लख कोई माड़ा कही भी जाए उन्होंने रत्ता फर्क नहीं पैना रत्ता भी 1% भी कि 2016-17 तो मैं 17 तो नेट चला आन दिया किन्ने तोहमतं लगियां फिर भी अज तक अपना कभी तुम लड़ सो ना अपना कभी पेज डाउन गया तो ना ही ताड़ा भरा कभी दबिया क्योंकि ताड़ी सपोर्ट ही इदा दी है जिन्हें भरा वा अपने क्योंकि चक्कर यह हुंदा ना किस टाइम पर आपां नूं मतलब किसी दिमाग कोई गल आ भी जाती है ना तो मैं कभी क्लैरीफाई नहीं किया अज तक वो हौली 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 चीज़ अपने आप ही तुहाडे सामने आ जाती है रब वल्लों ही है ना क्योंकि आप गुरु महाराज तो मैं रब से बहुत ज़्यादा यकीन करता क्योंकि जिते उन्हें लत ला देनी ना उ कोई नहीं ला सकता कि वो आसरे तुरे फिरते हैं नहीं तो इतने तो पैर पैर तो लत्त खिंची जाते लोग है वेख ला घर हूँ कंधा कुंधा नहीं है कि कुत्ते कि काबू ना जी कि है दस दी नहीं गुरी मीर होना खिंच ली है तैयारी यार हूँ इन्ना मैं नहा लगा मैं नहा के चलिए गुरद्वारा साहब नाले जिम ला के आइए मैं जाना वीरवार जाना पीरा से जाना शेख फतेह गोडे थोड़े पीड़ कर लगे माता जानो घट गई फिर आप जुम्मेरी आप सांभ ली ਇਹ ਹੁੰਦਾ ਨਾ ਆਪਾਂ ਆਪਣੇ ਘਰਾਂ ਦੇ ਵਿੱਚ ਕਈ ਵੀਰ ਜਿਹੜੇ ਆਪਣੇ ਭਰਾ ਬਲੋਗ ਕਹਿੰਦੇ ਆ ਕਈਆਂ ਦੇ ਘਰਾਂ 'ਚ ਜਗ੍ਹਾ ਹੁੰਦੀਆਂ ਵਾ ਉਹ ਜਗ੍ਹਾ ਨੂੰ ਉਹ ਹਟਾ ਨਹੀਂ ਸਕਦੇ ਹੈ ਨਾ ਅਤੇ ਇੱਕ ਉਹ ਚੀਜ਼ ਨਾਲ ਪਿਆਰ ਬਣਿਆ ਹੁੰਦਾ ਮੋਹ ਬਣਿਆ ਹੁੰਦਾ ਹੈ ਨਾ ਅਤੇ ਅਸੀਂ ਨਿੱਕੇ ਹੁੰਦੇ ਤੋਂ ਜਾਂਦੇ ਹਾਂ ਅਤੇ ਹੁਣ ਇਹ ਹੈ ਕਿ ਮੈਂ ਜਦੋਂ ਵੀ ਉੱਠਦਾ ਜਿੱਦਾਂ ਆਪਾਂ ਇੱਥੇ ਪਿੰਡ ਹਾਂ ਬਾਬਾ ਜੀ ਦੇ ਮੱਥੇ ਟੇਕਾਈਦਾ ਜਾਂ ਟਾਲਾ ਸਾਹਿਬ ਚੱਲ ਜਾਈਦਾ ਜਾਂ ਬਾਬਾ ਬਕਾਲਾ ਸਾਹਿਬ ਚੱਲ ਜਾਈਦਾ ਹੈ ਨਾ ਕਿ ਗੁਰੂ ਮਹਾਰਾਜ ਦਾ ਘਰ ਸਾਰੇ ਇੱਕ ਹੀ ਆ ਅਤੇ ਜਾਇਆ ਕਰੋ ਤਰ੍ਹਾਂ ਯਾਰ ਹੋਣੀ ਹੋ ਗਏ ਜੇ ਤਿਆਰ ਹੁਣ ਆਪਾਂ ਚੱਲਦੇ ਹਾਂ ਜਿੰਮ ਜਿੰਮ ਲਾ ਕੇ ਫਿਰ ਵੇਖਾਂਗੇ ਨਾ ਪਹਿਲਾਂ ਗੁਰੂ ਮਹਾਰਾਜ ਦਰਸ਼ਨ ਮਿਲੇ ਫਿਰ ਜਿੰਮ ਅਤੇ ਫਿਰ ਜਾਣਾ ਆਪਾਂ ਅੰਮ੍ਰਿਤਸਰ ਇੱਕ ਦੋ ਕੰਮ ਇੱਕ ਤਾਂ ਡਰਾਈਵਰ ਦੇ ਵੀਲ ਵੇਖ ਕੇ ਆਉਣੇ ਉੱਥੇ ਆਪਣੇ ਭਰਾ ਆਪਣੇ ਅੰਮ੍ਰਿਤਸਰ ਦੇ ਵੀਲਾਂ ਦੀ ਸ਼ੋਪ ਆ ਅਤੇ ਉਹਨਾਂ ਨਾਲ ਮੇਰੀ ਗੱਲ ਹੋਈ ਕਹਿੰਦੇ ਤੁਸੀਂ ਆ ਜਾਓ ਆਪਣੇ ਇੱਕ ਦੋ ਪੀਸ ਪਏ ਆ ਅਤੇ ਜੇ ਤੁਸੀਂ ਡਰਾਈਵਰ ਨੂੰ ਪਾਉਣੇ ਪਾ ਲਿਓ ਅਤੇ ਫਿਰ ਚੱਲਦੇ ਜਿੰਮ ਲਾ ਲਈਏ ਪਹਿਲਾਂ ਤਾਂ ਗੁਰੂ ਮਹਾਰਾਜ ਦਰਸ਼ਨ ਸੱਭਲ ਗੈਂਗ ਤਿਆਰ ਬੈਠੀ ਆ ਚਲੋ ਜੀ ਚਲੀਏ ਫਿਰ ਆ ਜਾਓ ਜੀ ਵਾਹਿਗੁਰੂ ਜੀ ਮਿਹਰ ਕਰਿਓ ਗੁਰੂ ਮਹਾਰਾਜ ਦਰਸ਼ਨ ਮੇਲੇ ਆਪਾਂ ਕਰ ਲਏ ਜੇ ਹੁਣ ਚਲੀਏ ਜਿੰਮ ਨੂੰ ਬੜਾ ਤੇਜ ਅਸੀਂ ਛੱਡਿਆ ਜੇ ਗੁਰੂ ਠੰਡਾ ਠਾ ਹੀ ਕੀਤਾ ਪਿਆ ਕੰਮ ਤੁਸੀਂ ਹੈ ਤੇ ਮੈਂ ਗੁਰੂ ਵੀਰ ਇੱਕ ਹੋਰ ਚੀਜ਼ ਕਰ ਦਿੰਦਾ ਜਦੋਂ ਮੈਂ ਗੁਰੂ ਮਹਾਰਾਜ ਦਰਸ਼ਨ ਮੇਲੇ ਕਰਨ ਆਉਂਦਾ ਮੈਂ ਇੱਕ ਗੱਲ ਰੋਜ਼ ਕੋਈ ਨਾ ਕੋਈ ਦੱਸਦਾ ਜੋ ਮੈਂ ਜੋ ਮੇਰੀ ਸੋਚ ਆ ਜੋ ਜਿੱਦਾਂ ਦੀ ਮੈਂ ਸੋਚ ਰੱਖਦਾ ਜਾਂ ਜੋ ਚੀਜ਼ ਮੈਂ ਸਿੱਖਦਾ ਜਾਂ ਹੈ ਨਾ ਦਿਲ ਦੀ ਜੀ ਦਿਲ ਦੀ ਗੱਲ ਵਾਲਾ ਤੂੰ ਜਾਂ ਕਿੱਦਾਂ ਵੀ ਜਿਹੜੀ ਅੱਜ ਵਾਲੀ ਗੱਲ ਗੁਰੂ ਵੀਰ ਮੈਂ ਜਿਹੜੀ ਆਪਣੇ ਵੀਰਾਂ ਭਰਾਵਾਂ ਨਾਲ ਸ਼ੇਅਰ ਕਰਨੀ ਆ ਕਿਸੇ ਦੇ ਬੋਲਣ ਨਾਲ ਜਾਂ ਕਿਸੇ ਦੇ ਸੋਚਣ ਨਾਲ ਆਪਣਾ ਮਾੜਾ ਨਹੀਂ ਹੋ ਸਕਦਾ ਇਹ ਚੀਜ਼ ਦਾ ਮੈਂ ਤੱਤ ਕੱਢਿਆ ਵਾ ਕਿ ਜੋ ਰੱਬ ਨੇ ਆਪਣੇ ਕਰਮਾਂ 'ਚ ਲਿਖਿਆ ਨਾ ਹੋਣਾ ਉਹੀ ਆ ਜਿੱਦਾਂ ਆਪਾਂ ਕਹਿ ਦਿੰਦੇ ਕੋਈ ਆਪਾਂ ਨੂੰ ਬਾਸੀਸਾਂ ਦਊਗਾ ਵੀ ਆਪਣਾ ਐਨਾ ਹੋ ਜਾਏ ਜਾਂ ਕੋਈ ਆਪਣੇ ਲੋਕੀ ਆਪਣਾ ਮਾੜਾ ਨਹੀਂ ਬੋਲਦੇ ਰਹਿੰਦੇ ਆਪਾਂ ਨੂੰ ਕਈ ਕਹਿ ਦਿੰਦੇ ਯਾਰ ਤੁਸੀਂ ਨਿਗਾਹ 'ਚ ਆਏ ਜੇ ਲੋਕੀ ਸਾਰੇ ਤੁਹਾਡੇ ਬਾਰੇ ਗੱਲਾਂ ਕਰਦੇ ਮਾੜੀਆਂ ਗੱਲਾਂ ਕਰਦੇ ਤੁਹਾਡਾ ਮਾੜਾ ਨਾ ਹੋ ਜਾਏ ਕਦੀ ਨਹੀਂ ਹੋ ਸਕਦਾ ਕਿਉਂਕਿ ਰੱਬ ਤੋਂ ਵੱਡਾ ਥੋੜ੍ਹੀ ਕੁਝ ਹੁੰਦਾ ਆ ਜੋ ਰੱਬ ਨੇ ਲਿਖਤਾ ਆਪਣੇ ਕਰਮਾਂ 'ਚ ਹੋਣਾ ਉਹੀ ਆ ਮਿਲਣਾ ਉਹੀ ਆ ਬਸ ਇਹ ਹੈ ਕਿ ਕਈ ਵਾਰ ਆਪਾਂ ਨੂੰ ਕੋਈ ਚੀਜ਼ ਮਿਲਣ ਦੀ ਮਤਲਬ ਮੈਨੂੰ ਤੇਰੇ ਥਰੂ ਕੋਈ ਚੀਜ਼ ਮਿਲਦੀ ਆ
ਉਹ ਮੇਰੇ ਕਰਮਾਂ ਵਿੱਚ ਲਿਖੀ ਸੀ ਪਰ ਮੈਨੂੰ ਮਿਲੀ ਤੇਰੇ ਥਰੂ ਬਿਲਕੁਲ ਜਰੀਆ ਬਣ ਜਾਂਦਾ ਕੋਈ ਨਾ ਕੋਈ ਬੰਦਾ ਪਰ ਇਹ ਨਹੀਂ ਕੋਈ ਕਹਿ ਸਕਦਾ ਕਿ ਕੋਈ ਆਪਾਂ ਆਪਣੇ ਸਿਰ ਤੇ ਕਿਸੇ ਦਾ ਸਹਾਣ ਆ ਜਾਂ ਕਿੱਦਾਂ ਦਿੰਦਾ ਰੱਬ ਹੀ ਆ ਜੇ ਮੰਨ ਲਾ ਰੱਬ ਨੇ ਮੈਨੂੰ ਕੋਈ ਚੀਜ਼ ਦੇ ਕੇ ਭੇਜਿਆ ਕਿ ਆਹ ਚੀਜ਼ ਗੁਰੀ ਨੂੰ ਦੇਣੀ ਆ ਤੇ ਉਹ ਮੈਂ ਇੱਕ ਜਰੀਆ ਬਣਿਆ ਉਹ ਤੇਰੇ ਕਰਮਾਂ ਦੀ ਭੁੱਖ ਲੱਗੀ ਆ ਆਪਾਂ ਗਲਤੀ ਕੀਤੀ ਆਪਾਂ ਜੋ ਸੇਵਾ ਕਰਨ ਡੇ ਨਾ ਤੋਂ ਆਪਾਂ ਨੂੰ ਖੀਰ ਦਾ ਲੰਗਰ ਛਕਣਾ ਚਾਹੀਦਾ ਤਾਂ ਕਰਕੇ ਮਿੱਤਰੋ ਅਸੀਂ ਗੁਰੂ ਮਹਾਰਾਜ ਦਰਸ਼ਨ ਮਿਲੇ ਕਰਕੇ ਜਿਹੜਾ ਫੇਵਰੇਟ ਦੇ ਦੇ ਗੁਰੀ ਨੂੰ ਇਹ ਸਰਪੰਚ ਆ ਚੱਲ 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 ਹਜੇ ਤਾਂ ਵਾਰਮ ਅਪ ਵੀ ਕਰਨ ਦਾ ਲੱਗਦਾ ਗਰਮੀ ਨਾਲ ਪਹਿਲਾਂ ਪਸੂਗੀ ਨਹੀਂ ਚਲਾ ਤਾ ਏਸੀ ਸਾਗਰ ਨੂੰ ਕਹਿ ਕੇ ਮੈਂ ਭਰਾ ਠੀਕ ਆ ਤੁਸੀਂ ਸਾਡਾ ਤੁਹਾਨੂੰ ਪਿਆਰ ਨਹੀਂ ਕਰਦੇ ਤੁਸੀਂ ਚਾਹੁੰਦੇ ਤੁਸੀਂ ਹੋਰ ਕੇ ਜਿੰਮ ਜਾਈਏ ਖਰਾਬ ਗਰਮੀ ਬਹੁਤ ਜ਼ਿਆਦੀ ਆ ਤੇ ਅਸੀਂ ਹੁਣ ਨਾ ਜਿਮ ਕੱਲ ਤੋਂ ਮਤਲਬ ਕਿ ਗਰਾਊਂਡ ਵਰਕ ਕਰਨ ਲੱਗੇ ਘਰੇ ਸ਼ੁਰੂ ਜਿਮ ਵਾਲਾ ਅਸੀਂ ਕਰਦੇ ਰਹੇ ਕੱਲ ਤੋਂ ਪੱਤਾ ਕੱਟ ਮਹੀਨਾ ਇੱਕ ਵਰਕਆਊਟ ਕਰਾਂਗੇ ਪਰ ਇਹ ਕਰਾਂਗੇ ਦੇਸੀ ਹੁਣ ਕੱਲ ਤੋਂ ਸਵੇਰੇ ਉੱਠ ਕੇ ਸੈਰ ਕਰਕੇ ਉਸ ਤੋਂ ਬਾਅਦ ਘਰੇ ਵਰਕਆਊਟ ਕਰਿਆ ਗੰਡ ਬੈਠ ਕੇ ਚੱਲਿਆ ਕਰਨਗੇ ਹੁਣ ਠੀਕ ਆ ਬਾਲਾ ਮਾਰਿਆ ਫਿਰ ਲਾਗੋ ਮੁੜ ਗਿਆ ਜਦੋਂ ਪਾਣੀ ਵੇਖਿਆ ਗੱਡੀ ਇੱਕ ਨਹੀਂ ਲਿਮਕੇ ਦੀ ਆਸ ਹੋਈ ਗੱਡੀ ਜਦੋਂ ਨਾਲ ਹੀ ਗੱਡੀ ਦਾ ਉੱਠ ਪਿਆ ਲਿਮਕਾ ਉਂਡਿਆ ਵਿੱਚ ਲੂਣ ਪਾ ਕੇ ਗੱਡੀ ਮੈਂ ਆ ਗਈ ਆ ਘਰੇ ਬਿਲਕੁਲ ਨੋਰਮਲ ਪੇਜ ਨੀ ਆ ਧਿਆਨ ਇਹਨੇ ਨੀ ਰੁਕਣਾ ਹੋਣਾ ਝੋਟੀ ਨੇ ਬਾਹਰ ਹੀ ਕਰ ਦੇਣਾ ਇਹਨਾਂ ਦਾ ਬਾਹਰ ਹੀ ਕਰਦਾ ਗੱਡੀ ਲਾਓ ਅੰਦਰ ਹੀ ਤੇ ਐਂਡੈਵਰ ਧੋਈਏ ਸ਼ਾਮਾਂ ਨੂੰ ਕੱਢ ਕੇ ਹਨਾ ਤੇ ਇਹਦੀ ਨਾਲੇ ਟੈਂਕੀ ਇਹਦੀ ਫੁੱਲ ਕਰਾ ਲਿਆਉਣੀ ਆ ਪਸ਼ਾਮੀ ਜਾ ਕੇ ਉੱਦਾਂ ਮੈਂ ਯਾਰ ਅੰਮ੍ਰਿਤਸਰ ਜਾਣਾ ਸੀ ਮੈਂ ਪੁੱਛਦਾ ਸੋਢੀ ਵੀਰ ਨੂੰ ਫੋਨ ਕਰਕੇ ਫਿਰ ਉਹ ਜਦੋਂ ਆਉਂਦਾ ਫਿਰ ਉਦੋਂ ਹੋਵਾਂਗੇ ਮੈਂ ਵੀਲਾ ਦਾ ਪਤਾ ਕਰਕੇ ਆਉਣਾ ਉਹ ਤਾਂ ਮੈਨੂੰ ਕੰਮ ਕੋਈ ਨਹੀਂ ਅੰਮ੍ਰਿਤਸਰ ਬਾਲਕੋਨੀਆਂ ਤਿਆਰ ਨਹੀਂ ਹੈ ਤੇ ਮੁੰਡੇ ਪਹਿਲਾਂ ਹੀ ਆਨੰਦ ਮਾਨਣ ਡੇ ਹੈ ਬਾਲਕੋਨੀਆਂ ਦਾ ਹਾਂ ਸਵੇਰੇ ਸਵੇਰੇ ਉੜੀ ਹਵਾ ਲੱਗਦੀ ਇੱਥੇ ਮੈਂ ਪਤੀ ਚੱਲੀ ਯਾਰ ਮਾਮਲੇ ਮੈਂ ਉਹਨੂੰ ਕਹਿ ਮਾਤਾ ਨੂੰ ਕਹਿ ਪਰੌਂਠੇ ਪਕਾ ਦੇ ਆਂਟੀ ਹੈਗੀ ਆਪਣੇ ਕੰਮ ਵਾਲੀ ਦੋ ਬੜੇ ਦਹੀਂ ਦਾ ਦਹੀਂ ਸਹੀ ਨਹੀਂ ਬਣਿਆ ਨਾ ਨਾ ਦਹੀਂ ਪਿੰਡੋ ਕੀ ਕਰਨਾ ਉਹ ਸਬਜ਼ੀ ਨਾਲ ਖਾ ਲੈਣੇ ਦੋ ਬੜੇ ਵੀ ਮਿੱਤਰਾ ਬਾਲਕੋਨੀ ਉੱਤੇ ਤੱਕ ਤਿਆਰ ਹੋ ਲੱਗੀ ਹੈ ਇੱਧਰ ਵਾਲੀ ਮਿੱਤਰਾ ਰੋਟੀ ਤਿਆਰ ਹੋਣ ਡੀ ਉਹ ਪਰੌਂਠੇ ਉਹ ਪਰੌਂਠੀ ਹੋਣ ਲੱਗਾ ਜੇ ਕੰਮ ਪਰੌਂਠੇ ਉਹ ਪਰੌਂਠੀ ਰਾਤ ਦੇ ਯਾਰ ਥੱਕ ਬੜਾ ਗਿਆ ਭੰਗੜਾ ਪਾ ਪਾ ਚਾਂਗਲਾਂ ਮਾਰ ਮਾਰ ਕੇ ਨਾ ਤਾਂ ਮੇਰਾ ਤਾਂ ਸਹੀ ਅੱਜਾ ਨਹੀਂ ਸੈੱਟ ਜਮਾਂ ਹੀ ਜਿੰਮ ਤਾਂ ਮੈਂ ਲਾਇਆ ਔਖਾ ਸੌਖਾ ਹੋ ਗਿਆ ਮੈਂ ਮਿਸ ਨਹੀਂ ਮਾਰਨਾ ਪਰ ਹੁਣ ਪਰੌਂਠਿਆਂ ਨੂੰ ਵੱਟ ਦੇਣ ਲੱਗੇ ਯਾਰ ਕੰਮ ਪਰੌਂਠੇ ਪਰੌਂਠੇ ਆਇਆ ਪਿਆ ਜੀ ਹੈਂ ਮੰਮੀ ਕੀ ਗੱਲ ਹੈ ਠੀਕ ਜਾ ਨਹੀਂ ਲੱਗਦਾ ਉਹ ਸਾਨੂੰ ਮਿਲਿਆ ਰਾਜ ਸੱਚ ਕੌਣ ਉਹ ਕੀ ਉਹਦਾ ਨਾ ਆ ਸਾਜਨ ਕਿੱਦਾਂ ਰੋਟੀਆਂ ਨਾਲ ਲੈਣ ਲਈ ਆਪਾਂ ਤਾਂ ਯਾਰ ਨੀ ਚੱਲੇ ਹੁਣ ਅੰਮ੍ਰਿਤਸਰ ਨੂੰ ਨਾਲ ਚੱਲੀਆਂ ਸਜੀਆਂ ਗੱਲ ਇੱਦਾਂ ਵਾ ਕਿ ਵੀਲਾਂ ਦਾ ਇੱਥੋਂ ਪਤਾ ਕਰਦੇ ਅੰਮ੍ਰਿਤਸਰੋਂ ਇੱਕ ਨਾਲ ਇਹਦਾ ਕੋਡਿੰਗ ਆਪਣਾ ਪੀ ਪੀ ਐਫ ਜਿਹੜੀ ਕਰਾਉਣੀ ਗੱਡੀ ਦੀ ਉਹ ਯਾਰ ਕੱਦੂ ਵਾਲਾ ਕੰਮ ਲੇਟ ਲੱਗਣ ਡਿਆ ਵਾ ਅਤੇ ਪੀ ਪੀ ਐਫ ਆਪਾਂ ਕਰਾ ਲਈਏ ਗੱਡੀ ਲੱਥਣ ਦੀ ਡੰਡ ਹੈਨਾ ਉਹ ਕੰਮ ਕਰਾ ਕੇ ਨਾਲੇ ਬਾਈਕ ਉਹਦੇ ਕੋਲ ਹੋਣੇ ਨਾਲੇ ਵੀਲਾਂ ਦਾ ਪਤਾ ਕਰ ਕਹਿੰਦੇ ਵੀਲ ਨਾਲੇ ਚੜ੍ਹ ਦਾਂਗੇ ਹੁਣ ਦੋ ਚੀਜ਼ਾਂ ਵਾ ਤੁਹਾਨੂੰ ਉੱਥੇ ਦੱਸਦਾ ਵੀਲਾਂ ਦੇ ਚੱਕਰ ਦੇ ਵਿੱਚ ਨਾ ਦੋ ਚੀਜ਼ਾਂ ਕਨਫਿਊਜ਼ਨ ਹੋਣ ਡਈ ਹੈ ਕਿ ਵੀਲ ਛੋਟੇ ਪਈ ਕੱਦੂ ਵਾਸਤੇ ਕਿ ਜਾਂ ਉਹਨਾਂ ਵੀਲਾਂ ਦੇ ਗੁੱਟੀ ਨਾਲ ਚੜ੍ਹਦੀ ਹੈ ਜੇ ਗੁੱਟੀ ਵਾਲਾ ਟਾਇਰ ਚੜ੍ਹਦੇ ਆ ਤਾਂ ਲਿਫਟ ਕਿੱਟ ਉਹਨੂੰ ਵੀ ਲਾਉਣੀ ਪੈਣੀ ਆ ਇਹ ਹੁਣ ਜਾ ਕੇ ਉੱਥੇ ਜਾਂ ਤਾਂ ਪੈਰਸ ਨਾਲ ਸਲਾਹ ਕਰੂੰਗਾ ਜਾਂ ਜਿਹੜੇ ਆਪਣੇ ਅੰਮ੍ਰਿਤਸਰ ਦੇ ਵੀਰ ਆ ਜਿਹਨਾਂ ਇੱਥੋਂ ਵੀਲ ਪਾਉਂਦਾ ਹੁੰਦਾ ਪਹਿਲਾਂ ਮੈਂ ਇੰਨਾ ਕੁ ਚੱਲਿਆ ਮੈਂ ਇੰਨਾ ਕੋਈ ਮਾਹੌਲ ਚੱਲ ਵੇਖ ਕੇ ਉਹਨਾਂ ਕਹਿੰਦੇ ਕੋਈ ਪੀਸ ਨਵਾਂ ਆਇਆ ਵੀਲ ਦਾ ਜਾਂ ਕੋਈ ਟਾਇਰ ਦੀ ਗੁੱਟੀ ਨਵੀਂ ਆਈ ਹੋਵੇ ਉਹ ਚੈੱਕ ਕਰਾ ਕੇ ਉਹਨਾਂ ਵੀਰ ਉਹਨਾਂ ਦੇ ਕੋਲ ਫਿਰ ਕਹਿੰਦੇ ਕੀ ਸਰਪੰਚ ਨੀ ਮੇਰੇ ਜਾਂ ਨਹੀਂ ਕਰਿਆ ਆ ਗਿਆ ਮੈਂ ਵੀਲਾਂ ਦਾ ਪਤਾ ਕਰਾਂ ਵਾ ਚਲੋ ਬਈ ਬੈਠੋ ਬੋਮ ਬੋਮ ਚਲੇ ਅੰਮ੍ਰਿਤਸਰ ਕੋ ਚਲੋ ਬਈ ਆ ਜਾਓ ਬਈ ਸਨੀ ਵੀਰ
ਸਿਗਰਟ ਗਣੀਆਂ ਚੋਣਾਂਗੇ ਬਈ ਬਾਬਾ ਆ ਕਿਸੇ ਨੇ ਗਣੀਆਂ ਥੋੜੀ ਜੀ ਆ ਢੋ ਚੁੱਕਾ ਹੈ ਨਹੀਂ ਬੜੀ ਔਖੀ ਹੁੰਦੀ ਹੈ ਨਾ ਵੀ ਮਿੱਤਰਾ ਪਹੁੰਚ ਗਈ ਅੰਮ੍ਰਿਤਸਰ ਆਵਾ ਕੱਢੋ ਹੀ ਵਿਕ ਜਾਣਾ ਸਮੇਂ ਦੇ ਭਾ ਆਵਾ ਕੱਢੋ ਆਏ ਤੇ ਹੈਗੇ ਹੁਣ ਆ ਵੀ ਮਿੱਤਰਾ ਇੱਕ ਨਵੀਂ ਚੀਜ਼ ਸੋਚੀ ਵੈਸੇ ਮੈਂ ਨਹੀਂ ਇੱਥੋਂ ਆਉਂਦੇ ਕੋਈ ਨੀ ਮੈਂ ਨਾ ਇੱਕ ਨਵੀਂ ਆਵਾ ਕੱਢੋ ਨਹੀਂ ਨਵੀਂ ਚੀਜ਼ ਸੋਚੀ ਇੱਕ ਛੱਬੇ ਵੀਰ ਆਪਣੇ ਜਿਹੜੇ ਵੀਲ ਪਏ ਨਾ ਡਰਾਈਵਰ ਨੂੰ ਉਹਨਾਂ ਦਾ ਟਾਇਰ ਹੀ ਕੁੱਟੀ ਵਾਲਾ ਪਾ ਦੇਣਾ ਮੋਟਾ ਪਹਿਲਾਂ ਮੈਂ ਸੋਚਿਆ ਨਾ 20 ਇੰਚ ਪਾ ਦੇ ਵੀਲ ਲਵਾ ਦੇ ਹੁਣ ਉਹਦੇ ਵੀ ਨਵੇਂ ਪਾ ਦੇ ਨਾ 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 ਉਹ ਯਾਰ ਜਾਣ ਉਹ ਚੀਜ਼ ਜਿਹੜੀ ਉਹਨੂੰ ਪਈ ਆ ਨਾ ਸਭ ਤੋਂ ਪਹਿਲਾਂ ਆਪਾਂ ਪਾਈ ਆ ਤੇ ਤੂੰ ਲਾਲਾ ਸਾਹਿਬ ਕੇ ਉਹਨੂੰ ਫੱਬ ਦੇ ਹੀ ਉਹ ਆ ਤੇ ਫੱਬਨ ਦਾ ਕਾਰਨ ਪਤਾ ਕੀ ਜਿਹੜਾ ਆਪਾਂ ਨੰਬਰ ਲਵਾਇਆ ਨਾ PB 88 ਉਹ ਵੱਖਰੀ ਲੁੱਕ ਆਉਂਦੀ ਉਹਨਾਂ ਵੀਲਾਂ ਦੇ ਨਾਲ ਯੂਨੋ ਯੈਸ ਮੋਟੇ ਹੋਣੀ ਕਿਤੇ ਮੋਟੇ ਹੋਣੀ ਰਾਜਦੀਪ ਹੋਣੀ ਕਿਤੇ ਉਹ ਮੈਂ ਸੱਚ ਮੈਂ ਹਵੇਲੀ ਸਟੋਰੀ ਦੇਖੀ ਰਾਜਦੀਪ ਦੀ ਅੰਮ੍ਰਿਤਸਰ ਇਹ ਬੰਬ ਆਪਣੀ ਉਹ ਦੁਕਾਨ ਜਿੱਥੋਂ ਆਪਣੀ ਐਂਡੈਵਰ ਨੂੰ ਪਹਿਲੀ ਵਾਰ 24 ਇੰਚ ਕਰੋਮ ਦੇ ਵੀਲ ਪਏ ਸੀ ਜਿਨ੍ਹਾਂ ਨੇ ਪਹਿਲਾਂ ਅੰਡਾਵਰ ਤਿਆਰ ਕੀਤੀ 24 ਇੰਚ ਦੇ ਵਿੱਚ ਤੇ ਹੁਣ ਫਿਰ 20 ਇੰਚ ਪਾ ਕੇ ਦੇਣਗੇ ਮੈਨੂੰ 26 ਇੰਚ ਦਾ ਜਾਂ ਟਾਇਰ ਮੰਗਾ ਦੋ ਉਹਨਾਂ ਗੁੱਟੀ ਵਾਲੇ ਤੇ ਜਾਂ ਫਿਰ 20 ਇੰਚ ਦੇ ਵਿੱਚ ਮੈਨੂੰ ਉਹਨਾਂ ਦੇ ਵੀਲ ਪਾ ਦੋ ਮੈਂ ਕੱਦੂ ਕੁੱਦੂ ਚ ਵਾੜਨੀ ਗੱਡੀ ਜਿਹੜੇ ਪਾਸੇ ਵੇਖੋ ਵੀਲ ਹੀ ਵੀਲ ਦਿਖਣਗੇ ਦੁਕਾਨ ਤੇ ਇੱਥੇ ਜਾ ਕੇ ਤੁਹਾਨੂੰ ਬੰਦਾ ਦੇਖੂ ਬਸ ਬੰਦਿਆਂ ਦੇ ਮਨ ਬੇਈਮਾਨ ਹੋ ਜਾਂਦੇ ਵੀਲਾਂ ਵਾਲੀ ਦੁਕਾਨ ਤੇ ਆ ਗਿਆ ਸਨੀ ਵੀਰ ਦਾ ਮਨ ਬੇਈਮਾਨ ਹੋ ਗਿਆ ਕਿ ਸਕਾਰਪੀਓ ਨੂੰ ਆਹ ਵੀਲ ਪਾ ਦਿੱਤਾ ਜਾਵੇ ਤੇ ਜਾਂ ਆਹ ਵਾਲਾ ਪਾ ਦਿੱਤਾ ਜਾਵੇ ਪਰ ਬੰਬ ਵੀਰ ਸਨੀ ਵੀਰ ਲੈਣੇ ਤੋੜ ਆਹੋ ਮੈਂ ਉਹ ਕਹਿੰਦਾ ਟੁੱਟ ਜਾਣੇ ਉਹ ਪਏ ਆ ਉਹ ਪਏ ਪਹਿਲਾਂ ਉਹ ਨਹੀਂ ਉਹ ਦੂਜੇ ਆ ਸਿਲਵਰ ਚ ਆ ਹੈਨਾ ਉਹਦੇ ਵਿੱਚ ਲੈ ਵੀ ਆਹ ਪਾਉਣਾ ਹੀ ਡਰਾਈਵਰ ਨੂੰ ਟਾਇਰ ਜਦੋਂ ਕੱਦੂ ਚ ਵਾੜਨੀ ਨਾ ਠੀਕ ਹੈ ਦੱਸ ਨੀ ਵੀਰ ਤੇ ਵੀਲ ਉਹ ਪਿਆ ਜਾਂਦਰ ਗ੍ਰੇ ਵੀਰ ਵੀ ਕੱਢਿਆ ਉਹ ਤੇ ਬਲੈਕ ਵੀ ਕੱਢ ਦਿਓ ਆਹ ਟਾਇਰ ਚ ਆਹ ਛਾ 20 ਇੰਚ ਆ ਕਮੈਂਟ ਕਰਕੇ ਦੱਸਣਾ ਲੈਫਟ ਤੇ ਰਾਈਟ ਟਾਇਰ ਵੀਲ ਦੇ ਵਿੱਚ ਵੀ ਦੋ ਪੀਸ ਆ ਕਲਰ ਦੋ ਆ ਇਹ ਵੀ ਮੇਰਾ ਭਰਾ ਦੱਸ ਦਿਓ ਆਪਾਂ ਜ਼ਿਆਦਾ ਦੇਰ ਨਹੀਂ ਲਾਉਣੀ ਅੱਜ ਵਲੋਗ ਪਾ ਤਾ ਅੱਜ ਦੱਸ ਦਿਓ ਤੇ 2 ਦਿਨ ਤੱਕ ਕੱਦੂ ਜੀ ਵਾਟਰ ਕਰਕੇ ਨਾ ਆਹ ਹੈਗਾ ਗ੍ਰੇ ਕਲਰ ਆਹ ਥੋੜ੍ਹਾ ਜਿਹਾ ਗ੍ਰੇ ਜੀ ਭਾਅ ਮਾਰਦਾ ਇੱਕਦਮ ਇੱਦਾਂ ਵਲੋਗ 'ਚ ਨਾ ਪਤਾ ਲੱਗਣ ਡਿਆ ਆਹ ਪ੍ਰੋਪਰ ਬਲੈਕ ਆ ਵੀ ਅੰਦਰੋਂ ਸਾਰਾ ਆਹ ਗ੍ਰੇ ਸ਼ੇਡ 'ਚ ਮੈਨੂੰ ਲੱਗਦਾ ਗ੍ਰੇ ਪਾਉਣਾ ਚਾਹੀਦਾ ਆਪਾਂ ਹੈਨਾ ਗ੍ਰੇ ਤੇ ਜ਼ਿਆਦਾ ਉੱਠ ਜਾਊਗੀ ਲੁੱਕ ਵਿੱਚ ਬਾਕੀ ਪਾ ਕੇ ਪਹਿਲਾਂ ਦੇ ਮੌਕੇ 'ਤੇ ਸ਼ਾਹ ਬਸ ਅਸੀਂ ਕਮੈਂਟ ਦੀ ਵੇਟ ਕਰਨੇ ਆ ਅੱਜ ਇਹਨੂੰ ਕਮੈਂਟ ਆ ਗਏ ਕਿਹੜੇ ਵੀਲ ਦੇ ਜ਼ਿਆਦਾ ਕਮੈਂਟ ਆਏ ਉਹ ਆਪਾਂ ਪਾ ਦੇਣਾ ਅਤੇ ਕਿਹੜੇ ਟਾਇਰ ਦੇ ਆਪਾਂ ਨੂੰ ਜ਼ਿਆਦਾ ਆਏ ਉਹ ਟਾਇਰ ਪਾ ਦੇਣਾ ਆਪਾਂ ਹੈਨਾ ਸਰ ਜੀ ਮੈਂ ਕਮੈਂਟ ਜਿਹੜੇ ਟਾਇਰ ਦੇ ਜ਼ਿਆਦਾ ਆ ਗਿਆ ਆਪਾਂ ਉਹ ਟਾਇਰ ਪਾਉਣਾ ਠੀਕ ਹੈ ਨਾ ਇਹ ਹੁਣ ਵੇਖੋ ਕਿਹੜੇ ਟਾਇਰ ਦੇ ਹਾਂ ਛੱਬੇ ਭਾਅ ਦੱਸ ਕੱਦੂ ਜੀ ਵਾੜਨ ਕਰਕੇ ਨਾ ਉਹ ਗ੍ਰੇ ਆ ਉਹ ਆਹ ਡਾਰਕ ਡਾਰਕ ਆਹ ਬਲੈਕ ਲੱਗਦਾ ਨਾ ਉਹ ਗ੍ਰੇ ਆ ਸਹਾਰਾ ਕਿ ਰੂਬੀ ਕੌਣ ਆ ਇਹ ਦੋ ਆਉਂਦੀਆਂ ਨਾ ਰੂਬੀ ਕੌਣ ਆ ਅਸੀਂ ਸਟਿੱਕਰ ਲਾ ਛੱਡਦੇ ਆ ਸਹਾਰਾ ਦਾ ਅੱਛਾ
ਉਹਦੀ ਸਸਪੈਂਸ਼ਨ ਦੂਜੀ ਆ ਨਾ ਉਹ ਰੋਡ ਤੇ ਚੱਲਣ ਵਾਲੀ ਆ ਉਹ ਰੋਡ ਔਨ ਰੋਡ ਆ ਸੀ ਠੀਕ ਇਹ ਆਫ ਰੋਡ ਆ ਇਹ ਆਫ ਰੋਡ ਆ ਇਹਨੂੰ ਜਦੋਂ ਔਨ ਰੋਡ ਆਫ ਰੋਡ ਜਿੱਤਣਾ ਮਰਜ਼ੀ ਕਲਰ ਸ਼ਾਹ ਮੇਰੀ ਪਸੰਦ ਆਈ ਆ ਇੱਕ ਇਹ ਚ ਫਿੱਕਾ ਜਿਹਾ ਵੀ ਆਉਂਦਾ ਲੱਡ ਉਗਰੇ ਉਹ ਵੀ ਬਹੁਤ ਘੈਂਟ ਲੱਗਦਾ ਪਰ ਇੰਡੀਆ 'ਚ ਘੱਟ ਆਉਂਦਾ ਬਹੁਤ ਚੱਲੀ ਤਰਾ ਜੀਬ ਚਲਾਉਣ ਡੇ ਮੁੰਡੇ ਹੈ ਬਾਬਾ ਚੋਕਰੇ ਖੇ ਲੈ ਲਾਂਗੇ ਤੁਮਾਂ ਤੇ ਨਾ ਸਾਲਾਂ ਤੱਕ ਸ਼ਬੇ ਭਾ ਜਿੱਦਾਂ ਲਿਆਂਦੀ ਫੋਰਚੂਨਰ ਉਦਾਂ ਜੀਬ ਲੈ ਆਉਣੀ ਸਣੀ ਵੀਰ ਗੱਲ ਵਧਾਈ ਬਣਨ ਵਾਲੀ ਆ ਕਿਆ ਪਤਾ ਹੋਣੀ ਇੱਕ ਗਰੁੱਪ ਜਾਂਦੇ ਗੱਡੀ ਹੋਰ ਆਉਣ ਵਾਲੀ ਜੇ ਮੇਰੇ ਵੀਰੇ ਇੱਕ ਗੱਡੀ ਹੋਰ ਛੇਤੀ ਕਿਆ ਪਤਾ ਹੋ ਜਾਣੀਆਂ ਹੈ ਪਰ ਆਹ ਤੇ ਸ਼ਬੇ ਵੀਰ ਓਕੇ ਰਿਪੋਰਟ ਵਾਲਾ ਕੰਮ ਹੀ ਸੌਂ ਲੱਗੇ ਸਵਾਦ ਹੀ ਆਈ ਜਾਂਦਾ ਜੀ ਸਵਾਦ ਹੀ ਆਈ ਆਪਾਂ ਹੌਲੀ 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 ਮਸਤ ਮਸਤ ਚੱਲ ਪਿਕਅਪ ਨੂੰ ਫਰਕ ਨੀ ਪੈਂਦਾ ਹਨਾ ਯਾਰ ਸਹੀ ਗੱਲ ਇਹਨੂੰ ਪਾਓ ਵੀਲ ਮੰਗਾ ਕੇ ਨਵੇਂ ਘੈਂਟ ਦੇ ਕੋਈ ਹੈ ਜਰਾਬਾ ਦਾ ਜੋੜਾ ਸਹੀ ਕਿ ਨਹੀਂ ਮੇਰੀ ਨਾ ਟੂ ਸ਼ਟਰ ਆ ਵਾਲੀ ਅੱਛਾ ਠੀਕ ਆ ਪਹੁੰਚ ਗਏ ਯਾਰ ਹੁਣ ਆਊਟਲੈਟ ਤੇ ਮੈਨੂੰ ਲੱਗੀ ਭੁੱਖ ਤੇ ਮੈਂ ਹਾਂ ਗਲੀਨੀ ਕੈਫੇ ਤੋਂ ਉਹ ਪੀ ਜਾਈਏ ਬਿਸਕੁਟ ਜਿਹੜਾ ਸ਼ੇਕ ਇਉਂ ਛਪੇ ਪਾ ਬਿਸਕੋ ਉੱਧਰ ਵੇ ਸੱਬਲ ਗੈਂਗ ਵੇ ਕਿੱਦਾਂ ਫਿਰਨ ਡੀ ਵੇ ਉੱਧਰ ਵੇ ਵੇ ਬਿੱਲ ਇੱਧਰ ਨਹੀਂ ਆਦੋ ਉੱਥੋਂ ਕਿੱਥੋਂ ਆ ਜੂਵੇ ਉੱਧਰ ਵੇ ਹੈ ਨਹੀਂ ਬਿੱਲ ਹੋਰ ਕਿਸੇ ਤੋਂ ਵੀ ਨਹੀਂ ਆਉਣਾ ਇੱਥੋਂ ਮਤਲਬ ਕਿ ਸਾਰੇ ਮੇਰੇ ਸਾਹ 9:30 ਵਜੇ ਨੇ ਬੱਤੀ ਬੁੱਤੀ ਬੰਦ ਹੋ ਜਾਂਦੀ ਨਾ ਬਿਲਿੰਗ ਨਾ ਜਗਾੜ ਜਾ ਬੰਦ ਕਰ ਦਿੰਦੇ ਸਾਰੇ ਇਕੱਠੇ ਕਰਦੇ ਬਸ ਉਹ ਕੈਫੇ ਆਪਣਾ ਖੁੱਲ੍ਹਾ ਰਹਿੰਦਾ ਬਸ ਸਾਰਾ ਪੀ ਲੈਂਦਾ ਫਿਰ ਕੰਮ ਖਰਾਬ ਹੋ ਜਾਣਾ ਲੈ ਵੀ ਬਿਸਕੁਟ ਵਾਲਾ ਸ਼ੇਕ ਜੇ ਕੀ ਕਹਿੰਦੇ ਇਹਨੂੰ ਬਿਸਕੋਫ ਕਹਿੰਦੇ ਇਹਨੂੰ ਇੱਧਰ ਵਿਆਹ ਜਿਹੜਾ ਬਿਸਕੁਟ ਲਾ ਕਹਿੰਦੇ ਇਹ ਸਾਰਾ ਸ਼ੇਕ ਪੀਣ ਤੋਂ ਬਾਅਦ ਖਾਣਾ ਹੁੰਦਾ ਤੇ ਕੱਲ ਨੂੰ ਗੱਲਾਂ ਕਰਾ ਦਿੰਦਾ ਇਹ ਇਹ ਮਿਲਦਾ ਸਾਡੇ ਇਸੇ ਕੈਫੇ ਤੋਂ ਗਲੀਨੀ ਕੈਫੇ ਤੋਂ ਹੀ ਬਸ ਗੱਲ ਮੁੱਕਦੀ ਇਹ ਆ ਕਿਉਂ ਬੰਬ ਕੈਸਾ ਲੱਗਾ ਛੱਬੇ ਵੀਰ ਦੀ ਪਸੰਦ ਵੀ ਇਹ ਆ ਬੰਬ ਦੀ ਪਸੰਦ ਵੀ ਇਹ ਆ ਸਨੀ ਵੀਰ ਦੀ ਪਸੰਦ ਵੀ ਇਹ ਅਤੇ ਮੇਰੀ ਪਸੰਦ ਵੀ ਇਹ ਪਰ ਫਿਲਹਾਲ ਮੈਂ ਤਾਂ ਸਨੀ ਵੀਰ ਜਪੀਰ ਹੀ ਰਿਹਾ ਕਿਉਂਕਿ ਸਾਨੂੰ ਵੀ ਹਜਮੀ ਹੋਈ ਆ ਅਸੀਂ ਪਰੌਂਠੇ ਵੱਧ ਖਾ ਬੈਠੇ ਅਸੀਂ ਅਤੇ ਉਹ ਸਾਡੇ ਬਾਹਰ ਨੂੰ ਆਉਣ ਡੇ ਅਤੇ ਅਸੀਂ ਛੇਕ ਪੀ ਲਿਆ ਅਤੇ ਫਿਰ ਕੰਮ ਹੋ ਜਾਣਾ ਖਰਾਬ ਅਤੇ ਅਸੀਂ ਮੰਗਾਇਆ ਮਜੀਟੋ ਪੇਟ ਪੂਜਾ ਬਾਈ ਜੀ ਚਲੀਏ ਘਰ ਨੂੰ ਚਲੀਏ ਗਿਲਨੀ ਬਾਏ ਬਾਏ ਗਿਲਨੀ ਜੀ ਗਿਲਨੀ 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 ਬੱਤੀ ਬੰਦ ਲੱਗਦੀ ਜੇ ਮੈਨੂੰ ਨਹੀਂ ਲਾਈਟਾਂ ਨੀ ਬੰਦ ਕੀਤੀਆਂ ਬੱਤੀ ਬੰਦ ਜੇ ਇਹ ਤੁਸੀਂ ਮੈਨੂੰ ਦਿਲਾਸਾ ਦੇਣ ਡੇ ਜੇ ਬਹੁਤ ਧੰਨਵਾਦ ਆਪਾਂ ਇੱਚੀ ਖੁਸ਼ ਆ ਬਹੁਤ ਬਹੁਤ ਧੰਨਵਾਦ ਸਰ ਆ ਜਾ ਟੈਂਸ਼ਨ ਆਪਾਂ ਜਾਣਾ ਉਧਰ ਠੀਕ ਆ ਚੰਗਾ ਬਾਈ ਲਓ ਵੀ ਸਵੇਰ ਦਾ ਪ੍ਰੋਗਰਾਮ ਹੀ ਆਪਣਾ ਡਨ ਸਵੇਰੇ ਆਪਾਂ ਇੱਕ ਤਾਂ ਨਿਸ਼ਾਨ ਘਰੇ ਸ਼੍ਰੀ ਅਖੰਡ ਪਾਠ ਸਾਹਿਬ ਰਖਵਾਉਣਾ ਵਾ ਉੱਧਰ ਜਾਣਾ ਅਤੇ ਇੱਕ ਦੋ ਕੰਮ ਆਪਾਂ ਨੂੰ ਹੋਰ ਕਰਨ ਵਾਲੇ ਆ ਉਹ ਮੌਕੇ ਦੱਸਾਂਗੇ ਕਈ ਵਾਰ ਕੀ ਹੁੰਦਾ ਉੱਧਰ ਜਾਇਆ ਨਹੀਂ ਜਾਂਦਾ ਅਤੇ ਬਾਕੀ ਵੇਹਨੇ ਕੀ ਮਾਹੌਲ ਬਣਦਾ ਸਵੇਰੇ ਉੱਠ ਕੇ ਫਿਲਹਾਲ ਤਾਂ ਆਪਣੇ ਬੰਦੇ ਲੱਭਾਂ ਕਿੱਥੇ ਬੱਤੀ ਬੰਦ ਹੈ ਗੁਰੂਆ ਬੜਿਆ ਬੰਦਾ ਹੜ ਆਉਣਾ ਜੀ ਅੱਜ ਜੇ ਬੱਤੀ ਨਾ ਆਈ ਤਾਂ ਉਹ ਜਗਾਉਂਦੇ ਲਾਈਟਾਂ ਹੀ ਟਾਰ ਚਾਹੀਆਂ ਮਰਦੇ ਅੰਦਰ ਬੁਲਟ ਵੀ ਸਾਰਾ ਨੇ ਬਾਹਰ ਲਾਇਆ ਹਜੇ ਅੰਦਰ ਕਰਨਾ ਪੈਣਾ
ਵੇਟ ਵੀ ਕਰ ਦਿੰਦਾ ਜੇ ਚਾਬੀ ਲੈ ਕੇ ਆਉਂਦਾ ਨਾ ਅਸੀਂ ਕਿਆ ਬਾਤ ਖਿੱਚਦੀ ਹੈ ਨਾਲ ਦਿਆਂ ਨੇ ਚੱਲ ਵੀ ਮਿੱਤਰਾ ਬੱਤੀ ਆ ਜੇ ਬਸ ਫਿਰ ਕੰਮ ਓਕੇ ਰਿਪੋਰਟ ਜੇ ਨਹੀਂ ਤਾਂ ਕੰਮ ਖਰਾਬ ਜੇ ਸੱਜਣ ਆਉਂਦੇ ਬਾਹਰ ਨੂੰ ਅੱਛਾ ਗੁਰੀ ਆ ਮਹਾਂਵੀਰ ਗਰਮੀ ਬੜੀ ਗੁਰੂ ਆ ਕਿੱਦਾਂ ਪਵਾਂਗੇ ਅੰਦਰ ਤਾਂ ਹੀ ਮੈਂ ਕਹਿੰਦਾ ਮੱਛਰਦਾਨੀ ਲਿਆਈਏ ਮੱਛਰਦਾਨੀ ਲਿਆਉਂਦੀ ਪਰ ਮੰਜੇ ਨਹੀਂ ਹੈਗੇ ਆਪਣੇ ਕੋਲ ਕਿਸਮਤ ਵੀ ਸਾਡੀ ਤੇਜ਼ ਹੀ ਹਜੇ ਬੱਤੀ ਤੋਂ ਕਹਿਣ ਦਿਆਂ ਸੀ ਬੱਤੀ ਆ ਜੇ ਬੱਤੀ ਆ ਜੇ ਤਾਂ ਬੱਤੀ ਗਈ ਜੇ ਆ ਹੈਂ ਨਹੀਂ ਸਵੇਰੇ ਆਪਾਂ ਮੰਜੇ ਵਾਲਾ ਕੰਮ ਕਰਨਾ ਗੁਰੀ ਵੀਰ ਮੰਜੇ ਵਾਲਾ ਕੰਮ ਹਰੇ ਕੂਲਰ ਚੜ੍ਹਾਉਂਦੇ ਉੱਤੇ ਸਭ ਤੋਂ ਉੱਤੇ ਕੂਲਰ ਹੈਗਾ ਆਪਣੇ ਕੋਲ ਚੜ੍ਹਾ ਕੇ ਲੈਣ ਸਰੀ ਮੰਜੇ ਲਾ ਕੇ ਅਤੇ ਨਾਲੇ ਮਹਿਫਲ ਲਾਇਆ ਕਹਿੰਦਾ ਵੇਖੀ ਕਿਹੜੀ ਗੱਲ ਬਣਦੀ ਹੈਂ ਇੱਕ ਮੰਜਾ ਆਹ ਥੱਲੇ ਰਹਿਣ ਦਾਂਗੇ ਮੰਜੇ ਤਿੰਨ ਦੇ ਨਵੇਂ ਲੈ ਆਈਏ ਹੈ ਨਾ ਤਿੰਨ ਮੰਜੇ ਸਵੇਰੇ ਲੈ ਕੇ ਆਉਣੇ ਆਪਾਂ ਤਾਂ ਸਵੇਰੇ ਮੇਰੀ ਗੱਲ ਸੁਣੋ ਸਰੀ ਨਿਸ਼ਾਨ ਲਈ ਜਾਣਾ ਜੀ ਖਾਨਪੁਰ ਸਾਹਿਬ ਅਤੇ ਤੜਕੇ ਉਹ ਕਹਿੰਦਾ ਆ ਜਾਇਓ ਦਸ ਗਿਆਰਾਂ ਪਹਿਲਾਂ ਆਪਾਂ ਜਿੰਮ ਲਾਵਾਂਗੇ ਨਾ ਸਵੇਰੇ ਉੱਠ ਕੇ ਸਵੇਰੇ ਟਾਈਮ ਸਿਰ ਆਪਾਂ 7 ਵਜੇ ਤੁਸੀਂ ਰੱਖੋ ਹੁਣ ਮਹਾਂਵੀਰ ਨੂੰ ਕਹਿ ਦੇ ਮੰਮੀ ਨੂੰ ਵੀ ਕਰਦੇ ਫੋਨ ਕਿ ਸਵੇਰੇ 7 ਵਜੇ 10 ਵਜੇ ਆਪਾਂ ਜਾਣਾ ਵੀ ਹੁੰਦਾ ਅੰਮ੍ਰਿਤਸਰ ਜਾਣਾ ਨਾ ਅੰਮ੍ਰਿਤਸਰ ਲਾਉਣੇ ਸਵੇਰੇ ਜਿੰਮ ਸਵੇਰੇ ਅੰਮ੍ਰਿਤਸਰ ਲਾਈਏ ਨਾ ਹਾਂ ਉੱਥੇ ਹੈਗੇ ਇੱਥੇ ਨਾਲੇ ਇੱਥੇ ਕੰਮ ਕਰਾਵਾਂਗੇ ਇੱਕ ਨਾਲੇ ਜਿੰਮ ਲਾਵਾਂਗੇ